ਨਗਰ ਕੀਰਤਨ ਦੀ ਤਿਆਰੀ ਆ ਜੀ, ਪਾਤਸ਼ਾਹੀ ਛੇਵੀਂ ਗੁਰੂ ਸਰ ਕੌਕੇ ਅਤੇ ਟਰੈਕਟਰ ਆ ਜੀ, ਹੋਲੈਂਡ ਛਤਾਇਆ ਸਜਾਇਆ ਨਾਲ ਪਾਲਕੀ ਸਾਹਿਬ ਦੇ ਨਾਲ, ਇਹ ਕੌਂਕੇ ਕਲਾਂ ਟਰੈਕਟਰ ਦੇ, ਬਾਕੀ ਗੁਰੂ ਸਰ ਦੇ ਆ, ਕੋਈ ਚੂੜ ਚੱਕ ਦੇ ਆ ਅਤੇ ਕੋਈ ਦੋ ਤਿੰਨ ਵਿੱਚ ਟਰੈਕਟਰ ਹੋਰ ਕੌਂਕੇ ਕਲਾਂ ਦੇ ਵੀ ਹੈਗੇ ਆ। ਪਾਲਕੀ ਸਾਹਿਬ ਬਹੁਤ ਸੋਹਣੀ ਤਿਆਰ ਕੀਤੀ ਹੋਈ ਆ। ਅਤੇ ਸਾਹਮਣੇ ਮੇਨ ਦਰਬਾਰ ਸਾਹਿਬ, ਜੋ ਕਿ ਹੁਣ ਕੁਛ ਮਹੀਨੇ ਪਹਿਲਾਂ ਹੀ ਇਸ ਦੀ ਜੋ ਇਮਾਰਤ ਆ ਉਹ ਨਵੀਂ ਬਣੀ ਆ। ਦਰਬਾਰ ਸਾਹਿਬ ਬਹੁਤ ਸੋਹਣਾ ਬਣਿਆ, ਇਹਦੀ ਆਪਾਂ ਪਹਿਲਾਂ ਵੀਡੀਓ ਆਪਾਂ ਪਾ ਚੁੱਕੇ ਹਾਂ, ਅੰਦਰੋਂ ਸਾਰੀ ਡਿਟੇਲ ਦੀ ਕਿੰਨਾ ਅੰਦਰੋਂ ਡੋਨ ਸੀਲ ਵਗੈਰਾ PVC ਵਗੈਰਾ ਕਿੰਨੀ ਸੋਹਣੀ ਹੋਈ ਆ, ਸਾਰੀ ਪਾਈ ਹੋਈ ਆਪਾਂ। ਇਸ ਵਾਰ ਕਰੋ ਜੀ ਦਰਸ਼ਨ, ਨਗਰ ਕੀਰਤਨ ਦੀ ਹੋ ਗਿਆ ਜੀ ਆਰੰਭਤਾ, ਪਾਲਕੀ ਸਾਹਿਬ ਦੇ ਵਿੱਚ ਬਿਰਾਜਮਾਨ ਕਰਾ ਕੇ ਉਸ ਤੋਂ ਬਾਅਦ ਆਪਾਂ ਚਾਲੇ ਪਾ ਦੇਣੇ ਆ ਜੀ। ਸੁੰਦਰ ਦ੍ਰਿਸ਼ ਲੱਗਦਾ, ਪੰਜ ਪਿਆਰੇ ਨਾਲ ਮਹਾਰਾਜ ਦੇ ਸਰੂਪ ਅਤੇ ਨਾਲ ਸੰਗਤ, ਸੰਗਤ ਦਾ ਹੰਗਾਰਾ ਦੇਖੋ ਕਿੰਨਾ। ਜਹਾਜ਼ ਵੀ ਆ ਗਿਆ ਫੁੱਲਾਂ ਦੀ ਵਰਖਾ ਕਰਨ ਵਾਸਤੇ, ਅਤੇ ਟਰੈਕਟਰ ਇਹ ਵੀ ਤਿਆਰ, ਟਰੈਕਟਰ ਮੂਹਰੇ ਪੱਖੇ ਵਾਲੇ, ਅਤੇ ਐਸਾ ਪੱਖਾ ਨਵਾਂ ਬਣ ਕੇ ਆ ਗਿਆ ਪਿੰਡ ਵਾਸਤੇ। ਅੱਗੇ ਨਾ ਮਸ਼ੀਨ ਲਾਉਣੀ ਪੈਂਦੀ ਸੀਗੀ ਆਪਾਂ ਨੂੰ, ਜਾਣੀ ਕਿ ਤੂੜੀ ਵਾਲੀ, ਉਹਨੂੰ ਸਾਫ਼ ਸੂਫ ਕਰਕੇ ਧੋ ਕੇ ਲਾਉਣੀ ਪੈਂਦੀ ਸੀ, ਅਤੇ ਹੁਣ ਸਪੈਸ਼ਲ ਪੱਖਾ ਬਣ ਕੇ ਆ ਗਿਆ। ਨੌਜਵਾਨਾਂ ਵੱਲੋਂ ਮੂਹਰੇ ਇਸ ਸਾਲ ਵੀ ਝਾੜੂ ਦੀ ਸੇਵਾ ਕੀਤੀ ਜਾ ਰਹੀ ਹੈ ਨਗਰ ਕੀਰਤਨ ਦੇ ਮੂਹਰੀ ਸਾਲ, ਪਿਛਲੇ ਸਾਲ ਵੀ ਸੇਵਾ ਕੀਤੀ ਸੀ ਝਾੜੂ ਦੀ ਮੁੰਡਿਆਂ ਨੌਜਵਾਨਾਂ ਦੇ, ਅਤੇ ਐਤਕੀ ਇਸ ਵਾਰ ਫਿਰ ਝਾੜੂ ਦੀ ਸੇਵਾ ਹੋ ਰਹੀ ਆ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਸਥਾਨ ਦੇ ਉੱਤੇ, ਜਾਣੀ ਕਿ ਗੁਰੂਸਰ ਪਿੰਡ ਦੇ ਵਿੱਚ, ਜਾਣੀ ਕਿ ਜਗਰਾਓਂ ਹਲਕੇ ਦੇ ਵਿੱਚ ਕਹਿ ਸਕਦੇ ਹਾਂ, ਗੁਰੂਸਰ ਕੌਂਕੇ ਸੱਦ ਦੇ ਉੱਤੇ ਪਿੰਡ ਦੇ ਵਿੱਚ 1684 ਬਿਕਰਮੀ ਨੂੰ ਆਏ ਸੀ, ਅਤੇ ਨਾਲ ਇਹਨਾਂ ਦੇ ਤਕਰੀਬਨ 200 ਹਾਥੀ ਘੋੜੇ ਅਤੇ ਨਾਲ ਜਵਾਨ ਸਨ। ਜਦੋਂ ਇੱਥੋਂ ਇਸ ਸਥਾਨ ਤੋਂ ਜਦੋਂ ਡਰੋਲੀ ਭਾਈ ਕੇ ਵੱਲ ਨੂੰ ਗਏ, ਮੋਗੇ ਵੱਲ ਨੂੰ ਜਾਣੀ ਕਿ ਗਏ, ਜਦੋਂ ਰਵਾਨਾ ਹੋਏ ਤਾਂ ਇੱਥੇ ਕਿੱਕਰ ਦੀ ਦਾਤਣ ਲਾ ਗਿਆ ਸਨ, ਜੋ ਕਿ ਜੋ ਜਾਣੀ ਕਿ ਜੋ ਜਦੋਂ ਨਵਾਂ ਦਰਬਾਰ ਸਾਹਿਬ ਬਣਾਇਆ ਤਾਂ ਉਸ ਵਕਤ ਉਹ ਜਿਹੜੀ ਕਿੱਕਰ ਆ ਉਹ ਪੜ ਦਿੱਤੀ ਗਈ ਸੀ, ਅਤੇ ਅੱਜ ਉੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਿਰਾਜਮਾਨ ਰਹਿੰਦੇ ਨੇ ਉੱਥੇ, ਨਿਤਨੇਮ ਅਤੇ ਰਹਿ ਰਾਸ ਉਸ ਸਥਾਨ ਦੇ ਉੱਤੇ ਕੀਤਾ ਜਾਂਦਾ ਜਿੱਥੇ ਕਿੱਕਰ ਦੀ ਦਾਤਣ ਹੁੰਦੀ ਸੀ, ਜਿੱਥੇ ਥੋੜ੍ਹਾ ਸਾਹਿਬ ਬਣਾਇਆ ਹੋਇਆ ਆਪਾਂ ਲਾਸਟ ਵੀਡੀਓ ਵਿੱਚ ਤੁਹਾਨੂੰ ਆਪਾਂ ਦਿਖਾ ਚੁੱਕੇ ਹਾਂ, ਉਹ ਜਾ ਕੇ ਤੁਸੀਂ ਬਲੌਗ ਵਿੱਚ ਚੈੱਕ ਕਰ ਸਕਦੇ ਹੋ। ਅਤੇ ਗੁਰਦੁਆਰਾ ਸਾਹਿਬ ਬਹੁਤ ਸੋਹਣਾ ਬਣਿਆ ਹੋਇਆ ਅੰਦਰੋਂ। ਗੱਤਕੇ ਦੀ ਵੀ ਕਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੱਤਕੇ ਦੀ ਕਲਾ ਦਿਖਾਈ ਜਾ ਰਹੀ ਆ ਜੀ, ਕੋਠਿਆਂ 'ਤੇ ਬਾਈ ਹੋਣੀ ਇਹ ਸਾਲ। ਸਰਦਾਰ ਕਰਤਾਰ ਸਿੰਘ ਜੀ ਇਹ ਕੋਠੇ ਹਰੀ ਸਿੰਘ ਦੁਆਰਾ ਜੀ ਨਾਸਰ ਦੇ ਕੋਲ, ਅਤੇ ਜ਼ੋਰ ਦਿਖਾਏ, ਅਤੇ ਥਾਂ ਥਾਂ ਦੇ ਉੱਤੇ ਸੰਗਤਾਂ ਵੱਲੋਂ ਪਿੰਡਿਆਂ ਵੱਲੋਂ ਜਾਣੀ ਕਿ ਜਲ ਪਾਣੀ ਦਾ ਪ੍ਰਬੰਧ ਕੀਤਾ ਜਾ ਰਿਹਾ ਵਾ, ਹਰ ਇੱਕ ਮੋੜ ਦੇ ਉੱਤੇ ਹਰ ਇੱਕ ਘਰ ਦੇ ਮੂਹਰੇ ਇਕੱਠੇ ਹੋ ਕੇ ਜਲ ਪਾਣੀ ਦੀ ਸੇਵਾ ਕਰ ਰਹੇ ਆ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਜਿਹੜੇ ਵੀਰ ਟਰੈਕਟਰ ਲੈ ਕੇ ਆਏ, ਟਰੈਕਟਰਾਂ ਦੀ ਲੈ ਕੇ ਆਏ ਵੀਰੇ, ਉਹਨਾਂ ਦਾ ਸਾਰਿਆਂ ਦਾ ਧੰਨਵਾਦ। ਇਹ ਫੁੱਲਾਂ ਦੀ ਵਰਖਾ
ਲਗਾਤਾਰ ਹੋ ਰਹੀ ਆ ਜੀ, ਫੁੱਲਾਂ ਦੀ ਵਰਖਾ ਲਗਾਤਾਰ ਹੋ ਰਹੀ ਆ ਜੀ। ਜਾਣੀ ਕਿ ਆਨੰਦ ਮਾਣੋ ਨਗਰ ਕੀਰਤਨ ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਰਾਜਮਾਨ ਨੇ ਵਿੱਚ ਪਾਲਕੀ ਦੇ, ਆਨੰਦ ਮਾਣੋ। ਕਿੰਨੀ ਖੁਸ਼ੀ ਹੋ ਰਹੀ ਆ, ਨਗਰ ਕੀਰਤਨ ਕੱਢਿਆ ਜਾ ਰਿਹਾ ਪ੍ਰਕਾਸ਼ ਉਤਸਵ ਦੇ ਛੇਵੇਂ ਪਾਤਸ਼ਾਹ ਜੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮੀਰੀ ਪੀਰੀ ਦੇ ਮਾਲਕ। ਵੀ ਬਾਕੀ ਆ ਵੀ ਤੁਸੀਂ ਪਾਲਕੀ ਸਾਹਿਬ ਦੱਸੋ ਵੀ ਕਿੰਨੀ ਵਧੀਆ ਲੱਗਦੀ ਆ, ਜੇ ਕੋਈ ਕਮੀ ਪੇਸ਼ੀ ਲੱਗਦੀ ਆ ਸਾਨੂੰ ਦੱਸਿਓ, ਆਪਾਂ ਗਾਂ ਨੂੰ ਉਹ ਵੀ ਕੋਸ਼ਿਸ਼ ਕਰਾਂਗੇ ਵੀ ਇਦੋਂ ਵਧੀਆ ਜ਼ਿਆਦਾ ਸਜਾਈ ਜਾਵੇ। ਕਣਕ ਅਸੀਂ ਦੱਸ ਦਿੰਦੇ ਹਾਂ ਬਹੁਤ ਕੋਸ਼ਿਸ਼ ਕੀਤੀ ਆ, ਅਤੇ ਬਾਕੀ ਆ ਵੀ ਤੁਸੀਂ ਜ਼ਰੂਰ ਦੱਸਿਓ। ਅਤੇ ਬਾਕੀ ਸੰਗਤ ਦਾ ਹੰਗਾਰਾ ਦੇਖੋ ਕਿੰਨਾ ਜਾ ਰਿਹਾ, ਭਰਮਾ ਹੰਗਾਰਾ ਪੂਰਾ ਮਹਿਰਿਆ ਪਿੰਡ ਦੇਖੋ, ਸੰਗਤ ਕਿੰਨੀ ਜਾ ਰਹੀ ਆ, ਉਹ ਪਿੱਛੇ ਤੱਕ ਦੇਖੋ ਸੰਗਤ ਹੀ ਸੰਗਤ ਆ। ਅਤੇ ਇਸੇ ਤਰ੍ਹਾਂ ਸਾਰੀ ਸੰਗਤ ਇਹ ਇੱਦਾਂ ਹੀ ਕੌਂਕੇ ਕਲਾ ਪਿੰਡ ਪਿੰਡ ਦੇ ਵਿੱਚ ਵੀ ਜਾਣੀ ਆ ਜੀ, ਨਾਲ ਸਿੱਧੀ ਕੌਂਕੇ ਕਲਾ ਨਗਰ ਕੀਰਤਨ ਗੁਰੂਸਰ ਪਿੰਡ ਅਤੇ ਕੌਂਕੇ ਕਲਾ ਪਿੰਡ ਦੇ ਵਿੱਚ ਜਾਂਦਾ ਹੁੰਦਾ ਜੀ ਹਰ ਸਾਲ। ਅਤੇ ਕੀਰਤਨੀ ਇਹ ਆਪਦਾ ਕੀਰਤਨ ਦੇ ਰਾਹੀਂ ਸੰਗਤ ਨੂੰ ਨਿਹਾਲ ਕਰ ਰਹੇ ਆ। ਝਾੜੂ ਸੇਵਾ ਚੱਲ ਰਹੀ ਹੈ ਨਾਲ ਦੀ ਨਾਲ। ਟ੍ਰੈਕਟਰ ਬਾਈ ਜਿਹੜੇ ਲੱਗੇ ਆ ਸਾਰੇ ਐਸਾ ਨਵੇਂ ਆਏ ਹੋਏ ਆ, ਬਾਬਾ ਮਿਹਰ ਕਰੇ ਸਭ 'ਤੇ ਜਿਹੜੇ ਸੇਵਾ ਦੇ ਵਿੱਚ ਹਿੱਸਾ ਲੈਂਦੇ ਆ, ਤਰੱਕੀਆਂ ਬਖਸ਼ੇ ਦਾਤਾ ਸਾਹਿਬ ਨੂੰ। ਆਹ ਵੀ ਟ੍ਰੈਕਟਰ ਐਸਾ ਨਵੇਂ ਆਇਆ, ਜਿਹੜੀ ਸੰਗਤ ਗੁਰੂ ਸਾਹਿਬ ਤੁਰ ਕੇ ਆਈ ਆ, ਜਿਹੜੀ ਨਾਲ ਸਾਰੀ ਸੰਗਤ ਇੱਥੇ ਕੌਂਕਾ ਪਿੰਡ ਦੇ ਵਿੱਚ ਪਹੁੰਚੀ ਆ, ਇੱਥੋਂ ਸੰਗਤ ਨਾਲ ਜਿਹੜਾ ਹੋਰ ਵੀ ਨਾਲ ਜਿਹੜਾ ਜੁੜੂਗੀ। ਕੀਰਤਨ ਦਾ ਆਨੰਦ ਮਾਣ ਦਿਓ, ਬਹੁਤ ਸੋਹਣਾ ਪਿਆਰਾ ਕੀਰਤਨ ਹੋ ਰਿਹਾ। ਆਹ ਟ੍ਰੈਕਟਰ ਹਰ ਸਾਲ ਚੂਰ ਚੱਕ ਤੋਂ ਆਉਂਦਾ, ਜੋ ਕਿ ਮੋਗੇ ਜ਼ਿਲ੍ਹੇ ਦੇ ਵਿੱਚ ਪੈਂਦਾ ਪਿੰਡ। ਇਹ ਬਾਈ ਦਾ ਵੀ ਬਹੁਤ ਬਹੁਤ ਧੰਨਵਾਦ। ਇਹਦੇ ਲੱਡੂਆਂ ਦੀ ਸੇਵਾ ਸੰਗਤਾਂ ਵਾਸਤੇ ਸੁਸਾਇਟੀ ਦੇ ਮੂਹਰੇ, ਸੁਸਾਇਟੀ ਜਿਹੜੀ ਬਣੀ ਹੋਈ ਆਪਣੀ ਸਰਕਾਰੀ ਕਿਸਾਨਾਂ ਵਾਲੀ, ਉੱਥੇ ਲੱਡੂਆਂ ਦੀ ਸੇਵਾ ਹੋ ਰਹੀ ਆ, ਸੰਗਤਾਂ ਵਿੱਚ ਵਰਤਾਈ ਜਾ ਰਹੇ ਆ। ਬਾਈ ਪਾਣੀ ਦੀ ਸੇਵਾ ਕਰਦਾ ਸੜਕ ਦੇ ਉੱਤੇ।
ਨਾਲ ਛੱਡ ਕੇ ਨਾ ਬਾਹਰ ਕੇ ਨਾ ਇਹ ਗੁਰੂ ਦੀ ਫੌਜ ਗੱਤਕਾ ਖੇਡਣ ਵਾਲੇ ਨੌਜਵਾਨ ਜਿੰਨੀ ਗਰਮੀ ਆ ਪਰ ਓਨੀ ਸੰਗਤ ਵੀ ਪੂਰ ਗਈ ਆ ਜਿੰਨੀ ਗਰਮੀ ਆ ਓਨੀ ਉਸ ਤੋਂ ਵੱਧ ਸੰਗਤ ਵੀ ਨਾਲ ਹੀ ਆ ਕੀਰਤਨ ਦਾ ਨਾਂ ਦਵਾਲੋ ਕੀਰਤਨ ਦੇ ਰਾਹੀਂ ਗੁਰਮੀਤ ਬਾਬੇ ਹੋਣੀ ਨਾਲ ਪੈਸੇ ਬਾਬਾ ਜੀ ਕੀਰਤਨ ਦੇ ਰਾਹੀਂ ਸੰਗਤ ਨਿਹਾਲ ਕਰ ਰਹੇ ਹੋਏ ਪਹਿਲਾਂ ਪੱਤੀ ਦੇ ਵਿੱਚ ਕੌਚੇ ਛੋਲਾ ਲੰਗਰ ਲਾਇਆ ਹੁੰਦਾ ਸੰਗਤਾਂ ਵਾਸਤੇ ਸੰਗਤਾਂ ਦੇ ਵਾਸਤੇ ਕੌਚੇ ਛੋਲਾ ਲੰਗਰ ਲਾਇਆ ਹੁੰਦਾ ਪਹਿਲਾਂ ਪੱਤੀ ਦੇ ਵਿੱਚ ਸਰਾ ਬਈ ਸਰਾ ਕਦੇ ਖੇਡੇ ਨੀ ਕਿਤੇ ਮੁੰਡਾ ਦੇਖ ਲਓ ਫਿਰ ਵੀ ਖੇਡੀ ਜਾਂਦੇ ਗੱਤਕਾ ਜ਼ਿਆਦਾ ਘਰ ਤੋਂ ਨਗਰ ਕੀਰਤਨ ਚੱਲ ਕੇ ਸ਼ਾਮ ਤਕਰੀਬਨ 7 ਵਜੇ ਗੁਰੂ ਘਰ ਦੇ ਵਿੱਚ ਹੀ ਸਮਾਪਤੀ ਹੋ ਗਈ ਨਗਰ ਕੀਰਤਨ ਦੀ 6 ਪੜਾਅ ਕੌਕੇ ਕਲਾਂ ਪਿੰਡ ਦੇ ਵਿੱਚ ਲੱਗੇ 1 ਪੜਾਅ ਗੁਰੂਸਰ ਪਿੰਡ ਦੇ ਵਿੱਚ ਲੱਗਿਆ ਜੀ ਨਾਲੇ ਟੋਟਲ 7 ਪੜਾਅ ਲੱਗੇ ਆ ਅਤੇ ਸੁਬਹਾ 9 ਵਜੇ ਆਰੰਭ ਤਾਂ ਹੋ ਗਈ ਸੀ ਨਗਰ ਕੀਰਤਨ ਦੀ ਅਤੇ 7 ਵਜੇ ਨੂੰ ਤਕਰੀਬਨ ਸਮਾਪਤੀ ਹੋ ਗਈ ਜੀ ਨਗਰ ਕੀਰਤਨ ਦੀ 6 ਪਾਤਸ਼ਾਹੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਉਤਸਵ ਮਨਾਇਆ ਗਿਆ ਸੰਗਤਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ